ਭਾਈ ਅੰਮ੍ਰਿਤਪਾਲ ਸਿੰਘ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾ ਰਹੇ ਸੀਗੇ, ਉਹਦੇ ਵਿੱਚ ਇਹਨਾਂ ਕਾਮਯਾਬੀ ਵੀ ਹਾਸਲ ਕੀਤੀ ਸੀ, ਲੇਕਿਨ ਉਹਨਾਂ ਦੇ ਭਾਈ ਸਾਹਿਬ ਦੇ ਅਜਿਹਾ ਮਾਮਲਾ ਦਰਜ ਹੋਣਾ ਜੇ ਕਿੰਨੇ ਪਰਸੈਂਟ ਸੱਚਾਈ ਹੈ ਜਾਂ ਝੂਠ ਆ? ਪਰ ਇਹ ਮੈਨੂੰ ਲੱਗਦਾ ਕਿ ਸਾਰੀ ਸਾਜਿਸ਼ ਜਿਹੜੀ ਆ ਕਿ ਉਹ ਸਾਡੇ ਪਰਿਵਾਰ ਨੂੰ ਜਾਂ ਅੰਮ੍ਰਿਤਪਾਲ ਨੂੰ ਜਾਂ ਉਹਨਾਂ ਦੀ ਟੀਮ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਇਹ ਬਦਨਾਮ ਕਰਨ ਵਾਸਤੇ, ਉਹਨਾਂ ਨੂੰ ਆਪਣੇ ਮਿਸ਼ਨ ਤੋਂ ਲਾਂਭੇ ਕਰਨ ਵਾਸਤੇ ਇਹ ਸਾਰਾ ਕੁਛ ਕੀਤਾ ਜਾ ਰਿਹਾ। ਅਤੇ ਜੋ ਸਾਨੂੰ ਪਹਿਲਾਂ ਵੀ ਖਦਸ਼ਾ ਸੀਗਾ ਕਿ ਇਹੋ ਜਿਹੀ ਚੀਜ਼ ਹੋ ਸਕਦੀ ਆ, ਅਤੇ ਆਉਣ ਵਾਲੇ ਸਮੇਂ 'ਚ ਮੇਰਾ ਖਿਆਲ ਜੋ ਸੰਘਰਸ਼ੀ ਪਰਿਵਾਰਾਂ ਨਾਲ ਪਹਿਲਾਂ ਵੀ ਹੁੰਦਾ ਰਿਹਾ, ਝੂਠੇ ਮੁਕਾਬਲੇ ਕੀ, ਝੂਠੇ ਪਰਚੇ ਕੀ, ਇਹ ਸਭ ਕੁਛ, ਇਹ ਆਉਣ ਵਾਲੇ ਸਮੇਂ 'ਚ ਸ਼ਾਇਦ ਕੁਛ ਹੋਰ ਵੀ ਹੋ ਸਕਦਾ। ਅੱਜ ਅਸੀਂ ਪਹੁੰਚੇ ਹਾਂ ਨਵੇਂ ਚੁਣੇ ਗਏ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ, ਜਿਨ੍ਹਾਂ ਕੋਲ ਅਜੇ ਬੀਤੇ 2 ਦਿਨ ਪਹਿਲਾਂ ਜਿਹੜੀ ਆਪਣੇ ਸੰਵਿਧਾਨ ਦੀ ਸਹੁੰ ਵੀ ਚੁੱਕੀ ਗਈ ਆ। ਪਰਿਵਾਰ ਵਿੱਚ ਬੜੀ ਖੁਸ਼ੀ ਸੀ, ਲੇਕਿਨ ਕੱਲ੍ਹ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਜਿਹੜੇ ਘਰੋਂ ਗਏ ਸੀਗੇ, ਲੇਕਿਨ ਅਜੇ ਤੱਕ ਉਹ ਘਰ ਵਾਪਸ ਨਹੀਂ ਆਏ। ਪੁਲਿਸ ਦੇ ਜਿਹੜਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਇਸ ਸੰਬੰਧੀ ਪੁਲਿਸ ਵੱਲੋਂ ਜਾਂ ਕਿਸੇ ਵੀ ਪਰਿਵਾਰਕ ਮੈਂਬਰ ਵੱਲੋਂ ਸਪਸ਼ਟਤਾ ਜਿਹੜੀ ਜ਼ਾਹਰ ਨਹੀਂ ਕੀਤੀ ਗਈ, ਪਰ ਅੱਜ ਅਸੀਂ ਉਹਨਾਂ ਦੇ ਪਿਤਾ ਸਰ ਤਰਸੇਮ ਸਿੰਘ ਕੋਲ, ਉਹਨਾਂ ਕੋਲ ਪਹੁੰਚਣ ਪਰਿਵਾਰ 'ਚ ਗੱਲ ਕਰਾਂਗੇ ਇਸ ਪਿੱਛੇ ਕੀ ਰਾਜ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਜੀ ਸਰਕਾਰਾਂ ਦੀ ਜਿਹੜੀ ਆਪਣੀ ਨਾਕਾਮੀ ਨੂੰ ਛੁਪਾਉਣ ਵਾਸਤੇ ਇਹੋ ਜਿਹੇ ਸ਼ਡਯੰਤਰ ਜਾਂ ਅੰਮ੍ਰਿਤਪਾਲ ਜਿਹੜਾ ਮਿਸ਼ਨ ਆ ਜਿਹੜਾ ਉਹ ਲੈ ਕੇ ਚੱਲੇ ਨਸ਼ਿਆਂ ਦੇ ਖਿਲਾਫ਼ ਨੌਜਵਾਨੀ ਨੂੰ ਬਚਾਉਣ ਦਾ, ਅਤੇ ਉਹ ਮੇਰਾ ਖਿਆਲ ਹੈ ਕਿ ਉਹਨੂੰ ਫੇਲ ਕਰਨ ਵਾਸਤੇ ਜਾਂ ਉਹਨਾਂ ਨੂੰ ਉਹਨਾਂ ਦੀ ਰਿਹਾਈ 'ਚ ਜਾਂ ਬੰਦੀ ਸਿੰਘਾਂ ਦੀ ਰਿਹਾਈ 'ਚ ਰੋੜੇ ਅੜਕਾਉਣ ਵਾਲੀ ਜਿਹੜੀ ਇਹੋ ਜਿਹੀਆਂ ਚਾਲਾਂ ਚੱਲੀਆਂ ਜਾ ਰਹੀਆਂ ਕਿ ਅੱਜ ਇੱਕ ਬਾਘਾ ਪੁਰਾਣਾ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰਚ ਸੀਗਾ, ਉਹਦੇ 'ਚ ਵੀ ਉਹਨਾਂ ਨੇ ਭਾਗ ਲੈਣਾ ਸੀਗਾ, ਅਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੀਆਂ ਚਾਲਾਂ ਚੱਲ ਕੇ ਉਹ ਜਿਹੜੇ ਜੋ ਸਮਾਜ 'ਚ ਇਹਨਾਂ ਦੇ ਖਿਲਾਫ਼ ਜਿਹੜੀਆਂ ਗੱਲਾਂ ਜਾ ਰਹੀਆਂ ਜਾਂ ਬੰਦੀ ਸਿੰਘਾਂ ਦੇ ਹੱਕ 'ਚ ਜਾ ਰਹੀਆਂ ਜਾਂ ਕੋਈ ਹੋਰ ਜਿਹੜੇ ਇਹ ਚੀਜ਼ਾਂ, ਉਹਨਾਂ ਨੂੰ ਦਬਾਉਣ ਵਾਸਤੇ ਇਹ ਸਾਰਾ ਕੁਛ ਕੀਤਾ ਜਾ ਰਿਹਾ ਜੀ। ਜਲੰਧਰ ਦਿਹਾਤੀ ਪੁਲਿਸ ਵੱਲੋਂ ਸ਼ਾਇਦ ਭਾਈ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਵਾ, ਲੇਕਿਨ ਇਹ ਪਤਾ ਲੱਗਿਆ ਕਿ ਉਹਨੂੰ ਕਿਸੇ NDPS ਦੇ ਮਾਮਲੇ ਵਿੱਚ ਕੀਤਾ ਗਿਆ, ਜਦਕਿ ਭਾਈ ਅੰਮ੍ਰਿਤਪਾਲ ਸਿੰਘ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾ ਰਹੇ ਸੀਗੇ, ਉਹਦੇ ਵਿੱਚ ਇਹਨਾਂ ਕਾਮਯਾਬੀ ਵੀ ਹਾਸਲ ਕੀਤੀ ਸੀ, ਲੇਕਿਨ ਉਹਨਾਂ ਦੇ ਭਾਈ ਸਾਹਿਬ ਦੇ ਅਜਿਹਾ ਮਾਮਲਾ ਦਰਜ ਹੋਣਾ ਜੇ ਕਿੰਨੇ ਪਰਸੈਂਟ ਸੱਚਾਈ ਹੈ ਜਾਂ ਝੂਠ ਆ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹ ਜੀ ਸਮੇਂ ਨੇ ਆਪੇ ਕਲੀਅਰ ਕਰ ਦੇਣਾ, ਪਰ ਇਹ ਮੈਨੂੰ ਲੱਗਦਾ ਕਿ ਸਾਰੀ ਸਾਜਿਸ਼ ਜਿਹੜੀ ਆ ਕਿ ਉਹ ਸਾਡੇ ਪਰਿਵਾਰ ਨੂੰ ਜਾਂ ਅੰਮ੍ਰਿਤਪਾਲ ਨੂੰ ਜਾਂ ਉਹਨਾਂ ਦੀ ਟੀਮ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਇਹ ਬਦਨਾਮ ਕਰਨ ਵਾਸਤੇ, ਉਹਨਾਂ ਨੂੰ ਆਪਣੇ ਮਿਸ਼ਨ ਤੋਂ ਲਾਂਭੇ ਕਰਨ ਵਾਸਤੇ ਇਹ ਸਾਰਾ ਕੁਛ ਕੀਤਾ ਜਾ ਰਿਹਾ ਜੀ। ਤੁਸੀਂ ਉਹਨਾਂ ਦੇ ਭਾਈ ਸਾਹਿਬ ਦੇ ਨਾਂ ਆਉਣ 'ਤੇ ਕੋਈ ਥਾਣੇ 'ਚ ਜਾਂ DSP ਦੇ ਜਾਂ ਪੁਲਿਸ ਕੋਲ ਕੁਛ ਸ਼ਿਕਾਇਤ ਪਰਿਵਾਰ ਵੱਲੋਂ ਦਰਜ ਕਰਾਈ ਹੈ ਕਿ ਉਹ ਨਹੀਂ ਆ ਰਹੇ? ਨਹੀਂ, ਅਸੀਂ ਹੁਣ ਚੱਲੇ ਸੀਗੇ ਅਤੇ ਬਾਰਿਸ਼ ਹੋਣ ਦੀ ਵਜ੍ਹਾ ਨਾਲ ਥੋੜ੍ਹਾ ਲੇਟ ਹੋ ਗਏ ਹਾਂ, ਅਤੇ ਹੁਣ ਸਾਨੂੰ TV 'ਤੇ ਖਬਰ ਕਲੀਅਰ ਹੋ ਹੀ ਗਈ ਕਿ ਉਹਨਾਂ ਦੇ ਉੱਪਰ ਇਹ ਪਰਚਾ ਉਹਨਾਂ ਨੇ ਕੋਈ ਦੇ ਦਿੱਤਾ, ਅਤੇ ਜੋ ਸਾਨੂੰ ਪਹਿਲਾਂ ਵੀ ਖਦਸ਼ਾ ਸੀਗਾ ਕਿ ਇਹੋ ਜਿਹੀ ਚੀਜ਼ ਹੋ ਸਕਦੀ ਆ, ਅਤੇ ਆਉਣ ਵਾਲੇ ਸਮੇਂ 'ਚ ਮੇਰਾ ਖਿਆਲ ਜੋ ਸੰਘਰਸ਼ੀ ਪਰਿਵਾਰਾਂ ਨਾਲ ਪਹਿਲਾਂ ਵੀ ਹੁੰਦਾ ਰਿਹਾ, ਝੂਠੇ ਮੁਕਾਬਲੇ ਕੀ, ਝੂਠੇ ਪਰਚੇ ਕੀ, ਇਹ ਸਭ ਕੁਛ, ਇਹ ਆਉਣ ਵਾਲੇ ਸਮੇਂ 'ਚ ਸ਼ਾਇਦ ਕੁਛ ਹੋਰ ਵੀ ਹੋ ਸਕਦਾ ਜੀ। ਤੁਸੀਂ ਇਹ ਮਾਮਲਾ ਸ਼੍ਰੋਮਣੀ ਕਮੇਟੀ ਜਾਂ ਜਿਹੜੀ ਵੱਖ ਵੱਖ ਸੰਘਰਸ਼ੀ ਤੁਹਾਡੇ ਸਹਿਯੋਗੀ ਜਥੇਬੰਦੀਆਂ ਨੇ ਉਹਨਾਂ ਦੇ ਧਿਆਨ 'ਚ ਲਿਆਂਦਾ ਜੀ? ਨਹੀਂ, ਉਹਨਾਂ ਦੇ ਧਿਆਨ 'ਚ ਵੈਸੇ ਤਾਂ ਹੁਣ ਮੀਡੀਆ ਦੇ ਥਰੂ ਆ ਹੀ ਜਾਊਗਾ, ਅਸੀਂ ਵੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਹੋ ਜਿਹੜੇ ਸਰਕਾਰਾਂ ਜਾਂ ਇਹੋ ਜਿਹੇ ਗਲਤ ਅਨਸਰ ਇਹੋ ਜਿਹੇ ਹੱਥਕੰਡੇ ਅਪਣਾਉਂਦੇ ਆ, ਉਹਨਾਂ ਦਾ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਇਹਦਾ ਜਵਾਬ ਦੇਣਾ ਚਾਹੀਦਾ ਜੀ। ਕੈਮਰਾਮੈਨ ਜੋਗੇਸ਼ ਦੇ ਨਾਲ ਰਕੇਸ਼ ਕੁਮਾਰ, PDC ਨਿਊਜ਼, ਪਿੰਡ ਜਦੂਪੁਰ ਖੇੜਾ।